ਚੰਦਨ ਇਹ ਆਇਆ ਵਾ ਜਾਂਦਿਆ ਲਾੜਿਆ ਕਿ ਤੂੰ ਡਕੈਤੀ ਦੀ ਜਨ ਚਾੜ ਕੇ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਜਦ ਤੱਕ ਕਿ ਤੂੰ ਪੁਲਿਸ ਦੀ ਰੇਟ ਦੀ ਮਿਲਣੀ ਨਾ ਕਰ ਲੈ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਆਪਣੇ ਇੱਕ ਵੀਰ ਦੀ ਫਰਮਾਇਸ਼ ਉੱਤੇ ਮੈਂ ਤੁਹਾਡੇ ਸਾਹਮਣੇ ਫਿਲਮ ਲੈ ਕੇ ਆ ਰਿਹਾ। ਸੁਲਤਾਨ ਰਾਜ ਦੀ ਬੜੀ ਬਿਹਤਰੀਨ ਫਿਲਮ ਹੈ ਅਤੇ ਇਸ ਫਿਲਮ ਦਾ ਨਾਂ ਹੈ ਡਿਊਟੀ। 31 ਜੁਲਾਈ 1992 ਬਰੋਜ਼ ਜਮਾਂ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਡਿਊਟੀ। ਨਾਜ਼ਰੀਨ, ਇਸ ਫਿਲਮ ਦਾ ਟਾਈਟਲ ਰੋਲ ਸੁਲਤਾਨ ਰਾਜ ਨੇ ਵੀ ਅਦਾ ਕੀਤਾ ਹੈ ਔਰ ਕੁਛ ਦੇਰ ਵਾਸਤੇ ਇਹਦਾ ਟਾਈਟਲ ਰੋਲ ਮੁਸਤਫਾ ਕੁਰੈਸ਼ੀ ਨੇ ਵੀ ਅਦਾ ਕੀਤਾ ਹੈ। ਸਟਾਰਟਿੰਗ ਜਿਹੜਾ ਡਿਊਟੀ ਹੁੰਦਾ ਉਹ ਮੁਸਤਫਾ ਕੁਰੈਸ਼ੀ ਹੁੰਦਾ, ਬਾਅਦ ਵਿੱਚ ਸੁਲਤਾਨ ਰਾਜ ਵੀ ਇਨ ਹੁੰਦੇ ਨੇ ਔਰ ਸੁਲਤਾਨ ਰਾਜ ਵੀ ਡਿਊਟੀ ਹੁੰਦੇ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਜ, ਗੋਰੀ, ਮੁਸਤਫਾ ਕੁਰੈਸ਼ੀ, ਸ਼ਾਹਿਦ, ਸ਼ਿਸ਼ਮਾ ਸ਼ਾਹੀ, ਤਨਜ਼ੀਮ ਹਸਨ, ਅਫਜ਼ਲ ਖਾਨ, ਨਗਮਾ, ਸਬੀਆ ਖਾਨਮ, ਹਮਾਇਓ ਕੁਰੈਸ਼ੀ, ਤਾਰਕ ਸ਼ਾਹ ਅਦੀਬ ਅਤੇ ਜਾਨਜ਼ੇਬ। ਅਦਾਇਤਕਾਰ ਨਾਸਰ ਹੁਸੈਨ, ਫਿਲਮ ਸਾਜ਼ ਸਲਾਮਤ ਹੁਸੈਨ, ਇਹਦਾ ਮਿਊਜ਼ਿਕ ਕੀਤਾ ਹੈ ਐਸ ਐਮ ਬੁਖਾਰੀ ਨੇ ਅਤੇ ਇਹਦੇ ਲਿਖਾਰੀ ਸੁਣ ਰਫੀਕ ਅਹਿਮਦ। ਨਾਜ਼ਰੀਨ, ਜੈਸਾ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ, ਇਸ ਫਿਲਮ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਾਜ ਨੇ ਅਦਾ ਕੀਤਾ ਹੈ ਔਰ ਇੱਕ ਮਲਟੀ ਕਾਸਟ ਫਿਲਮ ਸੀ, ਯਾਨੀ ਕਿ ਬਹੁਤ ਹੈਵੀ ਕਾਸਟ ਦੀ ਫਿਲਮ ਸੀ ਜਿਸ ਵਿੱਚ ਬਹੁਤ ਸਾਰੇ ਐਕਟਰਾਂ ਨੇ ਕੰਮ ਕੀਤਾ ਹੈ ਔਰ ਇਸ ਫਿਲਮ ਦੇ ਅੰਦਰ 2 ਇੰਡੀਅਨ ਗਾਣਿਆਂ ਦੀ ਕਾਪੀ ਕੀਤੀ ਗਈ ਹੈ, ਜਿਹੜੇ ਕਿ ਤਿਰਛੀ ਟੋਪੀ ਵਾਲੇ ਔਰ ਦੂਸਰਾ ਸੀ ਪਰਦੇਸੀਆ ਯੇ ਸੱਚ ਹੈ ਪਿਆ। ਇਹਨਾਂ 2 ਇੰਡੀਅਨ ਗਾਣਿਆਂ ਦੀ ਕਾਪੀ ਇਸ ਫਿਲਮ ਵਿੱਚ ਕੀਤੀ ਗਈ ਹੈ। ਇਸ ਫਿਲਮ ਦੀ ਜਿਹੜੀ ਬੇਸਿਕ ਕਹਾਣੀ ਹੈ, ਉਹ ਰਿਸ਼ਤਾ ਕਰਵਾਉਣ ਵਾਲੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਰਿਸ਼ਤੇ ਕਰਵਾਉਂਦੇ ਵਕਤ ਸਿਰਫ ਆਪਣੀ ਫੀਸ ਦੇਖਦੀਆਂ ਨੇ ਔਰ ਇਹ ਨਹੀਂ ਦੇਖਦੀਆਂ ਕਿ ਉਹ ਕਿਸ ਕਿਸਮ ਦੇ ਮਰਦ ਨਾਲ ਜਾਂ ਕਿਸ ਕਿਸਮ ਦੀ ਔਰਤ ਨਾਲ ਰਿਸ਼ਤਾ ਕਰਵਾ ਰਹੇ ਨੇ। ਉਹ ਸਿਰਫ ਆਪਣੀਆਂ ਫੀਸ ਦੇਖਦੀਆਂ ਨੇ ਔਰ ਇਸੇ ਨੂੰ ਮੋਦੀ ਬੁਲਾ ਕੇ ਇਸ ਫਿਲਮ ਨੂੰ ਬੁਲਾਇਆ ਗਿਆ। ਆਪਣੀ ਮਾਂ ਤੇ ਭੈਣ ਦੇ ਕਾਤਲਾਂ ਨੂੰ ਕਤਲ ਕਰਕੇ ਤਰਸਾਂਗਾ ਸਾਲ। ਔਰ ਰਿਸ਼ਤਾ ਕਰਾਉਣ ਵਾਲੀ ਦਾ ਕਿਰਦਾਰ ਜਿਹੜਾ ਨਾ ਅਦਾਕਾਰ ਸਬੀਆ ਖਾਨਮ ਨੇ ਅਦਾ ਕੀਤਾ ਹੈ ਔਰ ਸਬੀਆ ਖਾਨਮ ਨੇ ਇਸ ਫਿਲਮ ਦੇ ਅੰਦਰ ਬੜੀ ਹੀ ਜ਼ਬਰਦਸਤ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਡਿਪਟੀ ਕਾਦਰ ਖਾਨ ਅਤੇ ਬਾਬਰ ਖਾਨ, ਕਾਦਰ ਖਾਨ ਦਾ ਰੋਲ ਸੁਲਤਾਨ ਰਾਜ ਨੇ ਅਦਾ ਕੀਤਾ ਅਤੇ ਬਾਬਰ ਦਾ ਰੋਲ ਅਦਾਕਾਰ ਤਨਜ਼ੀਮ ਹਸਨ ਨੇ ਅਦਾ ਕੀਤਾ। ਇਹਨਾਂ ਦੀ ਇੱਕ ਭੈਣ ਵੀ ਹੁੰਦੀ ਹੈ ਲਾਡੋ। ਇਸੇ ਤਰ੍ਹਾਂ ਗੋਰੀ ਇੱਕ ਸਮਗਲਰ ਹੁੰਦੀ ਹੈ ਜਿਹੜੀ ਪਕੜੀ ਜਾਂਦੀ ਹੈ, ਫਿਰ ਸੁਲਤਾਨ ਰਾਜ ਉਸਨੂੰ ਆਪਣੇ ਘਰ ਲੈ ਕੇ ਆਉਂਦਾ ਔਰ ਇਸ ਤਰ੍ਹਾਂ ਉਹਨੇ ਉਹਦੇ ਨਾਲ ਪਿਆਰ ਦਾ ਚੱਕਰ ਚੱਲਦਾ। ਮੁਸਤਫਾ ਕੁਰੈਸ਼ੀ ਜਿਹੜਾ ਬੇਸਿਕ ਇਸ ਫਿਲਮ ਵਿੱਚ ਡਿਪਟੀ ਹੁੰਦਾ ਔਰ ਇੱਕ ਮੁਜਰਮ ਨੂੰ ਜਦੋਂ ਉਹ ਪਕੜਦਾ ਅਤੇ ਮੁਜਰਮ ਨੂੰ ਪਕੜਨ ਤੋਂ ਬਾਅਦ ਜਦੋਂ ਉਹ ਉਸਨੂੰ ਹਵਾਲਾਤ ਬੰਦ ਕਰਦਾ ਔਰ ਪਰਚਾ ਕਰਨ ਲੱਗਦਾ, ਹਰ ਤਰ੍ਹਾਂ ਫੂਨ ਆਉਣਾ ਸ਼ੁਰੂ ਹੋ ਜਾਂਦੇ। ਮੁਸਤਫਾ ਕੁਰੈਸ਼ੀ ਚੂੰਕਿ ਇੱਕ ਇਮਾਨਦਾਰ ਔਰ ਬਹਾਦੁਰ ਸ਼ਖਸ ਹੁੰਦਾ, ਉਸਦਾ ਨਾਮ ਬਿਲਾਲ ਹੁੰਦਾ ਔਰ ਬਿਲਾਲ ਉਰਫ ਬਿਲਾ ਦੇ ਨਾਮ ਤੋਂ ਉਹ ਮਸ਼ਹੂਰ ਹੁੰਦਾ। ਆਈ ਜੀ ਸਾਹਿਬ ਤੋਂ ਮਜਬੂਰ ਕਰਨ 'ਤੇ ਉਹ ਆਪਣੀ ਵਰਦੀ ਉਤਾਰ ਦਿੰਦਾ ਕਿਉਂਕਿ ਉਸਨੂੰ ਸਿਫਾਰਿਸ਼ ਪਸੰਦ ਨਹੀਂ ਆਉਂਦੀ, ਉਹ ਇੱਕ ਇਮਾਨਦਾਰ ਸ਼ਖਸ ਹੁੰਦਾ। ਸਬੀਆ ਖਾਨਮ ਫੀਸ ਦੇ ਲਾਲਚ ਵਿੱਚ ਬੜੇ ਗਲਤ ਕਿਸਮ ਦੇ ਰਿਸ਼ਤੇ ਕਰਵਾਉਂਦੀ ਹੈ। ਆਖਰ ਜਿਹੜੀ ਉਸਦੀ ਧੀ ਆਪਣੀ ਹੁੰਦੀ ਹੈ ਨਗਮਾ, ਜਿਹੜੀ ਕਿ ਅਫਜ਼ਲ ਖਾਨ ਕੋਚਵਾਨ ਹੁੰਦਾ, ਉਸਦੇ ਨਾਲ ਪਿਆਰ ਕਰਦੀ ਹੈ। ਉਹ ਇੱਕ ਬੜੇ ਹੀ ਅਮੀਰ ਘਰਾਣੇ 'ਚ ਆਪਣੀ ਧੀ ਜਿਹੜੀ ਹੁੰਦੀ ਹੈ ਬਾਨੋ ਉਸਦਾ ਰਿਸ਼ਤਾ ਕਰ ਦਿੰਦੀ ਹੈ ਔਰ ਰਿਸ਼ਤਾ ਦੇਣ ਦੇ ਤਹਿਕੀਕਾਤ ਨਹੀਂ ਕਰਦੀ ਕਿ ਉਹ ਕੈਸੇ ਲੋਕ ਹਨ। ਜਦੋਂ ਰਿਸ਼ਤਾ ਦੇ ਕੇ ਉਹ ਦੂਸਰੇ ਦਿਨ ਜਾਂਦੀ ਹੈ ਅਤੇ ਉਹਨੂੰ ਪਤਾ ਚੱਲਦਾ ਉਹ ਕੋਠੀ ਖਾਲੀ ਕਰਕੇ ਜਾਂ ਮੰਡੀ ਮੁੰਤਕਿਲ ਹੋ ਗਏ ਕਿਉਂਕਿ ਉਹ ਇੱਕ ਤਵਾਇਫ ਹੁੰਦੀ ਹੈ। ਤਵਾਇਫ ਉਹਦੀ ਬੱਚੀ ਨੂੰ ਵਿਆਹ ਕੇ ਹੀਰਾ ਮੰਡੀ ਲੈ ਜਾਂਦੀ ਔਰ ਨੱਚਣ ਤੇ ਮਜ਼ਬੂਰ ਕਰਦੀ ਹੈ। ਨਾਜ਼ਰੀਨ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਲਟੀ ਕਾਸਟ ਫਿਲਮ ਸੀ, ਮੁਮਤਾਜ਼ ਦਾ ਵੀ ਇੱਕ ਗਾਣਾ ਸੀ, ਮੁਮਤਾਜ਼ ਵੀ ਬਿੱਲੇ ਦੇ ਨਾਲ ਪਿਆਰ ਕਰਦੀ ਹੈ ਔਰ ਇਹ ਕੁੰਮਾ ਘੇਰੀ ਦੀ ਇੱਕ ਕਹਾਣੀ ਹੈ। ਕਹਾਣੀ ਕੋਈ ਸਮਝ ਨਹੀਂ ਆਉਂਦੀ ਕਿ ਕਿੱਧਰ ਜਾ ਰਹੀ ਹੈ, ਪਰ ਇਹ ਫਿਲਮ ਤੁਹਾਨੂੰ ਬੋਰ ਨਹੀਂ ਹੋਣ ਦੇਗੀ। ਮੁਸਤਫਾ ਕੁਰੈਸ਼ੀ ਨੇ ਬੜਾ ਅੱਛਾ ਕੰਮ ਕੀਤਾ ਹੈ, ਸਬੀਆ ਖਾਨਮ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਵਿਲਨ ਪਾਰਟੀ ਹੈ
ਫਿਲਮ ਪਾਰਟੀ ਆ ਮਾਇਓ ਕ੍ਰੇਸ਼ੀ ਨੇ ਵੀ ਬੜਾ ਅੱਛਾ ਕੰਮ ਕੀਤਾ, ਲੜਾਈ ਮਾਰ ਕੁਟਾਈ ਹੋਣੀ ਹੈ। ਡਿਪਟੀ ਸੁਲਤਾਨ ਰਹੀ ਜਿਹੜਾ ਕਾਦਰ ਖਾਨ ਹੁੰਦਾ, ਉਹਦਾ ਗੋਰੀ ਦੇ ਨਾਲ ਪਿਆਰ ਹੋ ਜਾਂਦਾ, ਖੈਰ ਕਾਦਰ ਖਾਨ ਦੇ ਘਰ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ। ਤਨਜ਼ੀਮ ਹਸਨ ਬਾਬਰ ਅਤੇ ਸ਼ਿਸ਼ਮਾ ਸ਼ਾਹੀ ਆਪਸ ਵਿੱਚ ਪਿਆਰ ਕਰਦੇ ਨੇ ਅਤੇ ਸਬੀਆ ਖਾਨਮ ਸ਼ਿਸ਼ਮਾ ਸ਼ਾਹੀ ਦਾ ਰਿਸ਼ਤਾ ਐਸੇ ਸ਼ਖਸ ਨਾਲ ਕਰਾ ਦਿੰਦੀ ਹੈ ਜਿਹੜਾ ਅੱਖਾਂ ਤੋਂ ਅੰਨਾ ਹੁੰਦਾ ਅਤੇ ਇਸ ਅੰਨੇ ਦਾ ਰੋਲ ਅਦਾਕਾਰ ਸ਼ਹਿਦ ਨੇ ਅਦਾ ਕੀਤਾ ਹੈ। ਸ਼ਹਿਦ ਦੇ ਵੀ ਚੰਦ ਇੱਕ ਸੀਨ ਸੁਣ, ਮੁਮਤਾਜ਼ ਦੇ ਚੰਦ ਇੱਕ ਸੀਨ ਸੁਣ, ਔਰ ਸੁਲਤਾਨ ਰਾਹੀ ਨੇ ਅਸਵੇ ਮਾਮੂਲ, ਫਿਰ ਜਦੋਂ ਉਸਦਾ ਖਾਨਦਾਨ ਕਤਲ ਹੋ ਜਾਂਦਾ ਉਹ ਡਿਪਟੀ ਦੀ ਵਰਤੀ ਉਤਾਰ ਕੇ ਫਿਰ ਬੰਦੂਕ ਹੱਥ ਵਿੱਚ ਪਕੜ ਲੈਂਦਾ। ਔਰ ਗੋਰੀ ਦਾ ਵੀ ਕੋਈ ਖਾਸ ਕੰਮ ਨਹੀਂ, ਇੱਕ ਦੋ ਚਾਰ ਗਾਣੇ ਜਿਹੜੇ ਰੂਟੀਨ ਦੇ ਹੁੰਦੇ ਨੇ ਉਹ ਗਾਣੇ ਨੇ। ਫਿਲਮ ਦਾ ਵਾਇੰਡ ਅਪ ਹੀ ਹੁੰਦਾ ਹੈ ਕਿ ਮੁਸਤਫਾ ਕੁਰੇਸ਼ੀ ਅਤੇ ਸੁਲਤਾਨ ਰਾਹੀ ਮਿਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣਾਂ ਨੂੰ ਮਾਰ ਦਿੰਦੇ ਨੇ, ਜੰਜੇਬ ਨੂੰ ਮਾਇਓ ਕੁਰੇਸ਼ੀ ਨੂੰ ਮਾਰ ਦਿੰਦੇ ਨੇ। ਔਰ ਇਸ ਤੋਂ ਪਹਿਲੇ ਜੰਦੇਬ ਚੂੰਕਿ ਇੱਕ ਸਮਗਲਰ ਹੁੰਦਾ ਵਿਲਨ ਪਾਰਟੀ 'ਚ, ਅਮਾਇਓ ਕੁਰੇਸ਼ੀ ਅੱਛਾ ਜੀ, ਜੰਜੇਬ, ਤਾਰਕ ਸ਼ਾਹ ਇਹ ਵਿਲਨ ਪਾਰਟੀ ਦੇ ਵਿੱਚ ਆਉਂਦੇ ਨੇ, ਔਰ ਸੁਲਤਾਨ ਰਾਹੀ ਡਿਪਟੀ ਹੁੰਦਾ, ਔਰ ਕਤਲ ਹੋਣ ਤੋਂ ਬਾਅਦ ਆਪਣੇ ਖਾਨਦਾਨ ਦੇ ਕਤਲ ਹੋਣ ਤੋਂ ਬਾਅਦ ਉਹ ਰਾਈਫਲ ਚੁੱਕ ਲੈਂਦਾ। ਇਸੇ ਤਰ੍ਹਾਂ ਬਿਲਾਲ ਉਸ ਬਿਲਾ ਮੁਸਾ ਕੁਰੇਸ਼ੀ ਵੀ ਇੰਤਕਾਮ ਲੈਂਦਾ ਹੈ ਔਰ ਮਿਲ ਜੁਲ ਕੇ ਉਹ ਦੁਸ਼ਮਣ ਨੂੰ ਖਤਮ ਕਰ ਦਿੰਦੇ। ਨਾਜ਼ਰੀਨ, ਇਹ ਉਲਝੂ ਹੀ ਕਹਾਣੀ ਹੈ, ਕੋਈ ਖਾਸ ਤਾਸਰ ਨਹੀਂ ਛੋੜ ਸਕੀ ਹੈ ਫਿਲਮ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।